ਕੱਲ ਭਾਈ ਅੰਮਰਤਪਾਲ ਸਿੰਘ ਮੈਰੋ ਆਪਣੀ ਚੱਲਦੀ ਕਾਨਫਰੰਸ ਦੇ ਵਿੱਚ ਲੱਗਿਆ ਰੌਣਾ ਸੋ ਉੱਥੇ ਆਪਾਂ ਤੁਹਾਨੂੰ ਦੱਸਦੇ ਕਿ ਅੱਜ ਤੋਂ ਤਕਰੀਬਨ 20 ਦਿਨ ਪਹਿਲਾਂ ਭਾਈ ਅੰਮਰਤਪਾਲ ਸਿੰਘ ਮੈਰੋ ਨੇ ਇੱਕ ਚਰਨ ਘਾਟ ਵਾਲੇ ਬਾਬੇ ਬਲਜਿੰਦਰ ਸਿੰਘ ਦਾ ਕਟਾਪਾ ਕੀਤਾ ਸੀ ਕਿਉਂਕਿ ਉਸ ਦੇ ਉੱਪਰ ਇੱਕ ਕੁੜੀ ਨੇ ਇਲਜ਼ਾਮ ਲਾਇਆ ਸੀ ਕਿ ਇਹ ਸਾਡੇ ਨਾਲ ਧੱਕਾ ਕਰਦਾ ਸਾਡੇ ਨਾਲ ਧੱਕੇ ਨਾਲ ਫਿਜ਼ੀਕਲ ਹੋਇਆ ਸੀ ਜੋ ਕੁੜੀ ਭਾਈ ਅੰਮਰਤਪਾਲ ਸਿੰਘ ਮੈਰੋ ਦੇ ਘਰੇ ਵੀ ਜਾ ਕੇ ਆਈ ਸੀ ਉਹਨੂੰ ਸ਼ਿਕਾਇਤ ਦਰਜ ਕਰਵਾ ਕੇ ਆਈ ਸੀ ਸੋ ਜਿਸ ਤੋਂ ਬਾਅਦ ਭਾਈ ਅੰਮਰਤਪਾਲ ਸਿੰਘ ਮੈਰੋ ਨੇ ਕਾਰਵਾਈ ਪਾਈ ਸੀਗੀ ਬਲਜਿੰਦਰ ਸਿੰਘ ਦੇ ਉੱਪਰ ਤੇ ਹੁਣ ਆਪਾਂ ਦਾਦੀ ਕਿ ਪੁਲਿਸ ਨੂੰ ਭਾਈ ਅੰਮ੍ਰਿਤਪਾਲ ਸਿੰਘ ਮੈਰੂ ਦੇ ਝੂਠਾ ਪਰਚਾ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ ਡੇਰਾ ਚਰਨ ਘਾੜ ਦੇ ਮੁਖੀ ਬਾਬਾ ਬਲਜਿੰਦਰ ਸਿੰਘ ਨੇ ਜਿਹੜੀਆਂ 3-4 ਕੁੜੀਆਂ ਦੇ ਨਾਲ ਰੇਪ ਕੀਤਾ ਸੀਗਾ ਤੇ ਉਹਨਾਂ ਵਿੱਚੋਂ ਇੱਕ ਕੁੜੀ ਦੇ ਕਰਕੇ ਭਾਈ ਅੰਮ੍ਰਿਤਪਾਲ ਸਿੰਘ ਮੈਰੂ ਨੇ ਸਟੈਂਡ ਲਿਆ ਸੀ ਤੇ ਹੁਣ ਉਹ ਕੁੜੀ ਆ ਜਿਹੜੀ ਕਿ ਮੁੱਕਰ ਗਈ ਹੈਗੀ ਉਹ ਪੁਲਿਸ ਵਾਲਿਆਂ ਨਾਲ ਜਾਂ ਉਸ ਬਾਬੇ ਨਾਲ ਰਲ ਚੁੱਕੀ ਹੈਗੀ ਤੇ ਉਹ ਕੁੜੀ ਦਾ ਕਹਿਣਾ ਹੈਗਾ ਕਿ

ਬਾਕੀ ਜੇਕਰ ਤੁਸੀਂ ਭਾਈ ਅੰਮਰਤਾਪਾਲ ਸਿੰਘ ਮੈਰੋ ਦੇ ਹੱਕ ਦੇ ਵਿੱਚੋਂ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਜ਼ਰੂਰ ਕਰਕੇ ਜਾਓ ਰੱਬ ਰਾਖਾ